ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਤਰ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਜਥੇਦਾਰ ਰਣਧੀਰ ਸਿੰਘ ਦੀ ਅਗਵਾਹੀ ਵਿੱਚ 1 ਮਾਰਚ ਨੂੰ ਪੈਦਲ ਸੰਗਤ ਰਵਾਨਾ ਹੋਈ, ਜੋ ਕਿ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਿਖੇ ਪਹੁੰਚੇਗਾ। ਸੰਗਤਾਂ ਦੇ ਸਵਾਗਤ ਦੇ ਲਈ ਲੋਕਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਲੰਗਰ ਵੀ ਲਗਾਏ ਗਏ, ਜਿਸ ਵਿੱਚ 36 ਤਰ੍ਹਾਂ ਦੇ ਪਕਵਾਨ ਲਗਾਏ ਹੋਏ ਸਨ। ਇਹ ਜੋੜ ਮੇਲਾ ਪੰਜਾਬ ਦੇ ਪਹਿਲੇ ਦੂਜੇ ਨੰਬਰ ਤੇ ਆਉਂਦਾ ਹੈ, ਜਿਸ ਮੇਲੇ ਨੂੰ ਦੇਖਣ ਲਈ ਦੇਸ਼ ਵਿਦੇਸ਼ ਚੋਂ ਵੱਡੀ ਗਿਣਤੀ ਤਾਦਾਦ ਦੇ ਵਿੱਚ ਜੋ ਹੈ ਸੰਗਤਾਂ ਪਹੁੰਚਦੀਆਂ ਹਨ। ਆਓ ਸੁਣਦਿਆਂ ਹੋਰ ਇਸ ਬਾਰੇ ਕੀ ਕਿਹਾ ਜਥੇਦਾਰ ਰਣਧੀਰ ਸਿੰਘ ਨੇ। ਪਠਾਨਕੋਟ ਤੋਂ ਬਿਊਰੋ ਰਿਪੋਰਟ, AMI ਨਿਊਜ਼ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਖੁਸ਼ੀਪੁਰ। 1 ਮਾਰਚ ਨੂੰ ਖੰਡਿਆਲਾ ਸੈਣੀਆਂ ਤੋਂ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿੱਚ ਪਰਾਂ ਦਰ ਪਰਾਂ ਪੈਦਲ ਚੱਲ ਕੇ ਜੋ ਕਿ ਸੰਘ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਲਈ ਰਵਾਨਾ ਹੁੰਦਾ ਹੋਇਆ, ਅੱਜ ਜੋ ਕਿ ਡੇਰਾ ਬਾਬਾ ਨਾਨਕ ਸ਼ਾਮ ਜਾ ਕੇ ਸਮਾਪਤ ਹੋਏਗਾ, ਜਿਸ ਦੇ ਵਿੱਚ ਸੰਗਤਾਂ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ 'ਤੇ ਸੰਗਤਾਂ ਦੇ ਲਈ ਲੰਗਰ ਲਗਾਏ ਗਏ। ਇਹ ਜੋ ਮੇਲਾ ਪੰਜਾਬ ਦੇ ਵਿੱਚ ਪਹਿਲੇ ਦੂਜੇ ਨੰਬਰ 'ਤੇ ਤਕਰੀਬਨ ਮੰਨਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਨਾਨਕ ਦੇ ਅੰਗ ਦਾ ਚੋਲਾ ਜੀਏ ਜਾਣ, ਜੀਨ ਲੋਕ ਮੇ ਨਾਇਨ ਐਸੇ ਬਾਸਤਰ ਮਹਾਨ, ਅਰਖ ਲਗਾਇਆ ਗੁਰਦੇ ਪਾਇਆ ਨਾਨਕ ਹਰ ਕਾ ਚੋਲਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨ ਕਰੇ ਕਰਨ ਵਾਲੀਆਂ ਸੰਗਤਾਂ ਨੂੰ ਦਾਸ ਲੱਖ ਲੱਖ ਵਾਰੀ ਵਧਾਈ ਦਿੰਦਾ। ਸਤਸੰਗ ਜੀ, ਇਹ ਕੋਈ 285 ਸਾਲ ਹੋ ਗਏ ਨੇ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚੋਲੇ ਨੂੰ ਜਿਹੜਾ ਬਾਬਾ ਨਾਨਕ ਵਿਖੇ ਪਹੁੰਚੇ ਹਾਂ, ਜੋ ਕਿ ਅੱਜ ਕੱਲ੍ਹ ਬੇਦੀ ਪਰਿਵਾਰ ਕੋਲ ਸੁਸ਼ੋਭਿਤ ਆ। ਸਾਡੇ ਨਗਰ ਦੀਆਂ ਸੰਗਤਾਂ 1 ਮਾਰਚ ਨੂੰ ਖੜਿਆਲਾ ਸੈਣੀਆਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤੀ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚੋਲਾ ਸਾਰੇ ਦਰਸ਼ਨ ਕਰੇ ਕਰ ਜਾਂਦੀਆਂ। 1 ਮਾਰਚ ਨੂੰ ਸੰਘ ਗੁਰਦੁਆਰਾ ਸਿੰਘ ਸਭਾ ਖੜਿਆਲਾ ਸੈਣੀਆਂ ਤੋਂ ਅਰਦਾਸ ਬੇਨਤੀ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਸੰਗਤਾਂ ਤਾਲੇ ਪਾਉਂਦੀਆਂ। ਪਹਿਲੇ ਦਿਨ ਦਾ ਪੜਾਅ ਪਿੰਡ ਕੋਲੀ ਜੰਡ, ਦੂਸਰੇ ਦਿਨ ਦਾ ਪੜਾਅ ਹਰਦੁਆਰ ਤੋਂ ਸਵੇਰੇ 2 ਵਜੇ ਅੰਮ੍ਰਿਤ ਵੇਲੇ ਤੜਕੇ ਸੰਗਤਾਂ ਤਾਲੇ ਪਾਉਂਦੀਆਂ, ਅਤੇ ਅਗਲੇ ਦਿਨ 1-2 ਵਜੇ ਰਾਤ ਦੇ ਘੁੰਮਣ ਕਲਾ ਪਹੁੰਚਦੀਆਂ। ਉੱਥੋਂ ਇਹ ਜਾਲਾ ਪਾ ਕੇ ਅਤੇ ਚੌਥੇ ਦਿਨ ਜਿਹੜਾ ਬਾਬਾ ਨਾਨਕ 10-11 ਵਜੇ ਪਹੁੰਚ ਗਏ, ਗੁਰੂ ਘਰ ਦੀਆਂ ਖੁਸ਼ੀਆਂ ਚੋਲਾ ਸਾਹਿਬ ਜੀ ਦਰਸ਼ਨ ਸਾਰੇ ਕਰਕੇ ਪ੍ਰਾਪਤ ਕਰਦੀਆਂ ਨੇ। ਦਾਸ ਸੁਝਿਆ ਸੰਗਤਾਂ ਨੂੰ ਲੱਖ ਲੱਖ ਇੱਥੇ ਵਧਾਈ ਦਿੰਦਾ। ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਸਾਰੀ ਸੰਗਤਾਂ ਨੂੰ ਦੱਸ ਦਿੰਦਾ, ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਗੁਰੇਜ ਕਰਨ, ਫੁੱਲੜਬਾਜ਼ੀ ਨੂੰ ਛੱਡਣ ਲਈ ਅਪੀਲ ਕਰਦਾ। ਨਾਲ ਹੀ ਦਾਸ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਅਦਾਲਤ ਦੀ ਸਫਲਤਾ ਲਈ ਵੀ ਅਰਦਾਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। 6 ਮਾਰਚ ਅਰਨੀ ਯੂਨੀਵਰਸਿਟੀ ਇੰਦੌਰਾ, ਨੇੜੇ ਪਠਾਨਕੋਟ ਪਹੁੰਚ ਰਹੇ ਹਾਂ ਅਸੀਂ, ਤੁਸੀਂ ਵੀ ਆਇਓ ਵੇਲੇ ਹੋ ਕੇ ਲਾਈਵ ਪ੍ਰੋਗਰਾਮ। ਇੱਕ ਸ਼ੌਕ ਕਬੂਤਰ ਬਾਜ਼ੀ ਦਾ, ਇੱਕ ਚਸਕਾ ਜੂਏ ਦੀ ਬਾਜ਼ੀ ਦਾ।
कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता, सबसे अच्छा, डिफेंस रोड, ममून, पठानकोट। कॉन्टैक्ट 9614196141।